ਠੀਕ ਠਾਕ ਰਿਹਾ ਸੀ, ਪਰ ਉਹਨਾਂ ਨੇ ਕੁਛ ਦਿਨ ਬਾਅਦ ਹੀ ਮੈਨੂੰ ਤੰਗ ਕਰਨਾ ਸ਼ੁਰੂ, ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਨੇ ਵਿਆਹ ਤੋਂ ਪਹਿਲਾਂ ਮੰਗ ਰੱਖੀ ਸੀ ਮੇਰੇ ਸਹੁਰਿਆਂ ਨੇ ਕਿ ਜਿਹੜਾ ਵਿਆਹ ਬਹੁਤ ਵਧੀਆ ਕੀਤਾ ਜਾਵੇ, ਕਿ ਜਿਹੜਾ ਸਾਡਾ ਸਮਾਜ ਵਿੱਚ ਨੰਗ ਰਹਿ ਸਕੇ। ਮੇਰੇ ਪਿਤਾ ਜੀ ਨੇ ਕਮ ਸੇ ਕਮ 15 ਲੱਖ ਰੁਪਇਆ ਲਾਇਆ ਵਿਆਹ ਦੇ ਉੱਤੇ, ਬਹੁਤ ਵਧੀਆ ਵਿਆਹ ਕੀਤਾ ਸੀ, ਪਰ ਇਹਨਾਂ ਨੇ ਮਾਸਾ ਕਦਰ ਨਹੀਂ ਰੱਖੀ। ਇਹਨਾਂ ਨੇ ਜੋ ਅਸੀਂ 20 ਤੋੜੇ ਸੋਨਾ ਪਾਇਆ, ਫਰਨੀਚਰ ਦਾ ਸਾਰਾ ਸਮਾਨ ਦਿੱਤਾ, ਇੱਥੋਂ ਤੱਕ ਕਿ ਸ਼ਗਨ 'ਤੇ ਮੋਟਰਸਾਈਕਲ ਦਿੱਤਾ। ਜੇ ਮੈਂ ਇਹਨਾਂ ਨੂੰ ਫੋਨ ਦੀ ਮੰਗ ਕੀਤੀ ਵੀ ਮੈਂ ਆਪਣੇ ਹਸਬੈਂਡ ਨਾਲ ਗੱਲ ਕਰਨੀ ਹੈ, ਤੁਸੀਂ ਮੈਨੂੰ ਫੋਨ ਲੈ ਕੇ ਦੇ ਦਿਓ, ਪਰ ਇਹਨਾਂ ਨੇ ਫੋਨ ਵੀ ਨਹੀਂ ਲੈ ਕੇ ਦਿੱਤਾ। ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਕਿ ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ ਗੇ। ਅਤੇ ਉਸ ਤੋਂ ਬਾਅਦ ਜਦੋਂ ਪਤੀ ਮੇਰੇ ਚਲੇ ਗਏ ਵਾਪਸ, ਕਮ ਸੇ ਕਮ ਉਹਨਾਂ ਨੂੰ 5-6 ਮਹੀਨੇ ਹੋ ਗਏ ਗਿਆ ਨੂੰ, ਉਹਨਾਂ ਨੇ ਇੱਕ ਵਾਰ ਵੀ ਫੋਨ ਕਰਕੇ ਨਹੀਂ ਪੁੱਛਿਆ ਵੀ ਹਾਂ ਘਰਦੇ ਨੂੰ ਕਿਸ ਚੀਜ਼ ਦੀ ਲੋੜ ਆ ਜਾਂ ਨਹੀਂ ਲੋੜ। ਅਤੇ ਜਿਹੜੇ ਸਹੁਰੇ ਆ ਮੇਰੇ, ਉਹਨਾਂ ਦੇ ਜਾਣ ਤੋਂ ਬਾਅਦ ਮੈਂ ਮਾਨਸਿਕ ਤੌਰ 'ਤੇ ਮੈਨੂੰ ਪਰੇਸ਼ਾਨ ਕਰਦੇ ਸੀ, ਘਰ ਦਾ ਸਾਰਾ ਕੰਮ ਜਿਹੜਾ ਡਾਕਟਰਾਂ ਵਾਂਗ ਕਰਾਉਂਦੇ ਸੀ ਮੈਨੂੰ। ਜੇ ਮੈਂ ਕਿਤੇ ਬਹਿ ਜਾਂਦੀ ਸੀ ਸਾਹ ਲੈਣ ਵਾਸਤੇ, ਤਾਂ ਮੈਨੂੰ ਕਹਿੰਦੇ ਵੀ ਤੂੰ ਅੰਦਰ ਲੰਬੇ ਪੀ ਕਰਦੀ ਆ, ਇਹ ਦੇਹ ਨੂੰ ਕੀ ਰੱਖਣਾ ਵਾ, ਸਾਂਭ ਕੇ ਘਰ ਦਾ ਕੰਮ ਕਾਰ ਆਣ ਕੇ ਬਾਹਰ ਸਾਰਾ ਘਰ ਦਾ ਕੰਮ ਕਰੀਦਾ ਸੀ। ਅਤੇ ਉਸਦੇ ਕੁਛ ਦਿਨ ਬਾਅਦ ਹੀ ਮੇਰੇ ਪਾਪਾ ਦੀ ਰਿਟਾਇਰਮੈਂਟ ਸੀ, ਮੈਂ ਰਿਟਾਇਰਮੈਂਟ 'ਤੇ ਗਈ, ਘਰ ਚਲੇ ਗਈ। ਉਦੋਂ ਵੀ ਇਹਨਾਂ ਨੇ ਮੇਰੇ ਸਹੁਰੇ ਨੇ ਅਤੇ ਸੱਸ ਨੇ ਘਰਦਿਆਂ ਨੂੰ ਕੁਛ ਵੱਧ ਘੱਟ ਕਿਹਾ, ਅਤੇ ਉਹਨੇ ਮੈਨੂੰ ਚੱਕ ਕੇ ਫੋਨ ਮੈਨੂੰ ਬਹੁਤ ਬੁਰੀਆਂ ਬੜੀਆਂ ਗੱਲਾਂ ਕਹੀਆਂ ਵੀ ਤੂੰ ਪੇਕੇ ਕਰਨ ਕੀ ਗਈ ਆ, ਤੈਨੂੰ ਤੈਨੂੰ ਕਿਹਾ ਹੀ ਨਹੀਂ ਜਾਣਾਗਾ, ਅਤੇ ਜੇ ਤੈਨੂੰ ਮੈਂ ਕਿਹਾ ਹੀ ਛੱਡਣੇ ਤਾਂ ਛੱਡਣੇ ਹੀ ਪੈਣੇ ਆ, ਸਹੁਰੇ ਅਤੇ ਪੇਕੇ ਜਿਹੜੇ ਆ ਤੂੰ ਉੱਥੇ ਵਾਪਸ ਕਰਨ ਕੀ ਗਈ। ਫਿਰ ਮੈਨੂੰ ਮਾਨਸਿਕ ਤੌਰ 'ਤੇ ਇੰਨਾ ਟੋਰਚਰ ਕਰਨਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ। ਨਾਲ ਹੀ 14 ਲੱਖ ਰੁਪਏ ਦੀ ਮੰਗ ਵੀ ਕੀਤੀ ਮੇਰੇ ਪਾਪਾ ਤੋਂ ਵੀ 14 ਲੱਖ ਰੁਪਏ ਦੇਵੇਗੀ ਅਤੇ ਜਾਵੇਗੀ, ਇਸ ਘਰ ਵਿੱਚ ਵੱਸੇਗੀ ਨਹੀਂ ਤਾਂ ਨਹੀਂ ਵੱਸੇਗੀ। ਮੈਂ ਇਹ ਗੱਲ ਆਪਣੇ ਪਾਪਾ ਨੂੰ ਵੀ ਦੱਸੀ ਅਤੇ ਉਹ ਅਗਲੇ ਦਿਨ ਮੈਨੂੰ ਮਿਲਣ ਵਾਸਤੇ ਉੱਥੇ ਆਏ ਵੀ ਚੱਲ ਮਿਲ ਕੇ ਗੱਲਬਾਤ ਕਰਦੇ ਹਾਂ, ਕੁਛ ਹੱਲ ਨਿਕਲੇਗਾ। ਪਰ ਇਹਨਾਂ ਨੇ ਮੇਰੇ ਪਾਪਾ ਨੂੰ ਵੀ ਵੱਧ ਘੱਟ ਬਹੁਤ ਕਿਹਾ, ਬਹੁਤ ਗੱਲਾਂ ਸੁਣਾਈਆਂ ਇਹਨਾਂ ਨੇ, ਅਤੇ ਨਾਲ ਹੀ ਇਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਨਹੀਂ ਇਹਨੂੰ ਰੱਖ ਸਕਦੇ, ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਆ, ਇਹ ਕੰਮ ਨਹੀਂ ਕਰਦੀ, ਇਹ ਸੌਂਦੀ ਰਹਿੰਦੀ ਆ, ਘਰ ਦਾ ਕੋਈ ਕੰਮ ਨਹੀਂ ਕਰਦੀ, ਵੱਧ ਘੱਟ ਬੋਲਦੀ ਆ। ਅਤੇ ਮੇਰੇ ਪਾਪਾ ਨੂੰ ਕਹਿੰਦੇ ਵੀ ਇਹਨੂੰ ਲੈ ਜਾ, ਅਸੀਂ ਨਹੀਂ ਰੱਖਣਾ ਗਾ ਇਹਨੂੰ। ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ, ਜਿਹੜਾ ਮੇਰਾ ਸੋਨਾ ਸੀ ਜਾਂ ਕੱਪੜੇ ਨੇੜੇ 3 ਕੱਪੜਿਆਂ ਨਾਲ ਮੈਨੂੰ ਘਰੋਂ ਇਹਨਾਂ ਨੇ ਬਾਹਰ ਕੱਢ ਦਿੱਤਾ। ਇਹਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਹੋਇਆ ਹੈ, ਪਰਚਾ ਕਰਵਾਇਆ ਹੋਇਆ ਹੈ SSP ਕੋ। ਉਹਨਾਂ ਨੇ DSP ਅਠਵਾਲ ਸਾਹਿਬ ਨੂੰ ਕਿਹਾ, ਗਾੜੀ ਕਾਰਵਾਈ ਕਰਨ ਲਈ ਕਿਹਾ ਹੋਇਆ ਆ। ਉਹਨਾਂ ਨੇ ਇਹਨਾਂ ਦੇ ਘਰ 2 ਵਾਰ ਪਰਚੇ ਵੀ ਭੇਜੇ, ਪਰ ਇਹਨਾਂ ਨੇ ਐਕਸੈਪਟ ਕਰਨ ਤੋਂ ਨਾਂਹ ਕਰ ਦਿੱਤੀ ਵੀ ਅਸੀਂ ਐਕਸੈਪਟ ਨਹੀਂ ਕਰਨਾ। ਹੁਣ ਮੈਂ ਇਹੀ ਮੰਗ ਰਹਾ, ਜੇ ਕਹਿੰਦੇ ਆ ਵੀ ਇਹ ਦਿਨ ਕਿਸੇ ਵੀ ਤਰ੍ਹਾਂ ਵਾਪਸ ਭੇਜ ਦਿੰਦੇ ਹਾਂ ਜਾਂ ਕਿੱਦਾਂ ਵੀ ਆ ਤੈਨੂੰ ਲੈ ਜਾਂਦੇ ਹਾਂ, ਮੈਨੂੰ ਇਹਨਾਂ 'ਤੇ ਹੁਣ ਕੋਈ ਯਕੀਨ ਨਹੀਂ। ਜੇ ਇਹਨਾਂ ਨੇ ਮੈਨੂੰ ਇੱਕ ਵਾਰ ਫਾਹ ਦੇਣ ਦੀ ਕੋਸ਼ਿਸ਼ ਕੀਤੀ ਆ, ਅਤੇ ਕੱਲ੍ਹ ਨੂੰ ਕੀ ਪਤਾ ਦੂਸਰੀ ਵਾਰ ਵੀ ਮਾਰਨ ਦੀ ਕੋਸ਼ਿਸ਼ ਕਰਨ। ਇਸ ਕਰਕੇ
ਇਹਨਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਮੇਰੇ ਪਤੀ ਰਣਜੀਤ ਸਿੰਘ, ਸੱਸ ਸੁਰਜੀਤ ਕੌਰ, ਸਹੁਰਾ ਗੁਰਵੇਲ ਸਿੰਘ, ਨਨਾਣ ਕਰਮਜੀਤ ਕੌਰ ਅਤੇ ਜੀ ਦੇਰਵਾ ਸੁਰਜੀਤ ਸਿੰਘ, ਇਹਨਾਂ ਪੰਜਾਂ ਦੇ ਖਿਲਾਫ ਜਿਹੜਾ ਵਾ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਕੰਮ ਦੀ। ਅਤੇ ਜਿਹੜਾ ਮੇਰੇ ਵਿਆਹ ਦੇ ਵਿੱਚ ਜੋ ਵੀ ਸਮਾਨ ਦਿੱਤਾ ਵਾ ਉਹ ਮੈਨੂੰ ਵਾਪਸ ਕੀਤਾ ਜਾਵੇ। ਮੈਂ ਜਸਪੀਰ ਸਿੰਘ, ਅਸੀਂ ਗੋਗਲਾ ਸਾਹਿਬ ਦਾ ਰਹਿਣ ਵਾਲਾ, ਮੇਰੀ ਲੜਕੀ ਸ਼ਰਨਦੀਪ ਕੌਰ ਜਿਸਦੀ ਸ਼ਾਦੀ ਰਣਜੀਤ ਸਿੰਘ ਮੁਗਲ ਚੱਕ ਨਾਲ ਹੋਣੀ ਤੈਅ ਹੋਈ, ਇਹਨਾਂ ਨੇ ਵਿਆਹ ਦੇ ਵਿੱਚ ਵੀ ਚੰਗਾ ਵਧੀਆ ਵਿਆਹ ਕਰਨ ਵਾਸਤੇ ਸਾਨੂੰ ਕਿਹਾ। ਮੈਂ ਵਿਆਹ ਦੇ ਵਿੱਚ ਪੂਰੀ ਤਨਦੇਹੀ ਨਾਲ ਵੱਧ ਤੋਂ ਵੱਧ ਖਰਚ ਕਰਕੇ ਵਿਆਹ ਕੀਤਾ। ਵਿਆਹ ਦੇ ਵਿੱਚ ਸੋਨਾ ਵੀ ਪਾਇਆ, ਮੋਟਰਸਾਈਕਲ ਵੀ ਦਿੱਤਾ, ਸਕੂਟਰੀ ਵੀ ਦਿੱਤੀ, ਅਤੇ ਨਾ ਕਾਰ ਦੀ ਮੰਗ ਰੱਖੀ ਸੀ, ਉਹ ਨਹੀਂ ਪੂਰੀ ਕਰ ਸਕਿਆ। ਮਹੀਨਾ ਬਾਅਦ ਅਸੀਂ ਰੌਣਾ ਜਿਹੜਾ ਵਾ ਰਣਜੀਤ ਸਿੰਘ ਇਹ ਵਾਪਸ ਚਲੇ ਗਿਆ ਸਿੰਗਾਪੁਰ ਨੂੰ ਬਿਨਾਂ ਦੱਸੇ ਤੋਂ ਹੀ। ਅਤੇ ਵਿਆਹ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮੇਰੀ ਰਿਟਾਇਰਮੈਂਟ ਜਿਹੜੀ ਆ 28 ਜੂਨ ਹੋਈ, ਉਸਦੇ ਉਦੋਂ ਇਹਨਾਂ ਮੇਰੇ ਤੋਂ 14 ਲੱਖ ਰੁਪਏ ਦੀ ਮੰਗ ਕੀਤੀ, ਜੋ ਮੈਂ ਦੇ ਨਹੀਂ ਸਕਿਆ। ਇਹਨਾਂ ਲੜਕੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਲੜਕੀ ਨੂੰ ਬਾਹਰ ਹੀ ਵਿਵਹਾਰ ਨਹੀਂ ਭੋਜੀ ਕੀਤੀ। ਲੜਕੀ ਨੂੰ ਲੈਣ ਉੱਤਰ ਗਿਆ, ਉੱਧਰ ਵੀ ਇੰਨਾ ਲੜਕੀ ਨਾਲ ਬਹੁਤ ਬੁਰਾ ਭਲਾ ਕੀਤਾ, ਕਦੇ ਗਹਿਣੇ ਵੀ ਲਵਾ ਲਏ, ਕੱਪੜੇ ਵੀ ਲਵਾ ਲਏ, ਇਹਨਾਂ ਕੱਪੜਿਆਂ ਦੇ ਵਿੱਚ ਹੀ ਵਾਪਸ ਜਾਣ ਲਈ ਗਿਆ। ਜੇ 14 ਲੱਖ ਰੁਪਈਆ ਲੈ ਕੇ ਆਵੇਂਗੀ ਅਤੇ ਫਿਰ ਤੈਨੂੰ ਬਾਹਰ ਭੇਜ ਲਾਂਗੇ ਅਤੇ ਫਿਰ ਤੈਨੂੰ ਵਸਾਵਾਂਗੇ। ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ, SSP ਸਾਹਿਬ ਤੋਂ, DSP ਸਾਹਿਬ ਤੋਂ, ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਤਾਂ ਕਿ ਅੱਗੇ ਤੋਂ ਕੋਈ ਵੀ ਪਰਿਵਾਰ ਦੁਖੀ ਨਾ ਹੋਵੇ, ਇਹੋ ਜਿਹੇ